ਵੱਡੀ ਗੱਲ ਹੈ ਕਿ ਡਾਕਟਰ ਸਰੂਪ ਸਿੰਘ ਅਲੱਗ ਜਿਨ੍ਹਾਂ ਨੇ ਸਿੱਖ ਪੰਥ ਦੀ ਝੋਲੀ ਗੁਰਮਤ ਇਤਿਹਾਸ ਗੁਰਬਾਣੀ ਵਿਚਾਰ ਅਤੇ ਸਿੱਖ ਮਤ ਨਾਲ ਸੰਬੰਧਿਤ ਸਿੱਖ ਇਤਿਹਾਸ ਨਾਲ ਸੰਬੰਧਿਤ ਬਹੁਤ ਸਾਰੀਆਂ ਕਿਤਾਬਾਂ ਪਾਈਆਂ ਨੇ। ਉਹਨਾਂ ਦੀ ਇੱਕ ਨਵੀਂ ਕਿਤਾਬ ਹੈ ਸਿੱਖਾਂ ਦੀ ਵਿਚਿੱਤਰ ਗਾਥਾ, ਉਹਦਾ ਜਿਹੜਾ ਹੈ ਅੱਜ ਉਹਨੂੰ ਰਿਲੀਜ਼ ਕੀਤਾ ਗਿਆ। ਬਹੁਤ ਵਧੀਆ ਕਿਤਾਬ, ਸੁਣਿਆ ਕਿ ਬਹੁਤ ਵਧੀਆ ਕਿਤਾਬ ਹੈ, ਅਤੇ ਕਿਉਂਕਿ ਪਹਿਲਾਂ ਜਿੰਨੀਆਂ ਕਿਤਾਬਾਂ ਨੇ ਉਹਨਾਂ ਦੇ ਵਿੱਚ ਬਹੁਤ ਸਾਰੀਆਂ ਕਿਤਾਬਾਂ ਮੈਂ ਪੜ੍ਹੀਆਂ ਨੇ, ਉਹ ਪਹਿਲਾਂ ਵਾਲੀਆਂ ਕਿਤਾਬਾਂ ਜਿਹੜੀਆਂ ਨੇ ਉਹ ਬਹੁਤ ਵਧੀਆ ਗੁਰਮਤੀ ਸਮਝ ਦਿੰਦੀਆਂ ਔਰ ਸ਼ਰਧਾ ਭਾਵ ਪੈਦਾ ਕਰਦੀਆਂ, ਅਤੇ ਅੱਜ ਉਹਨਾਂ ਦੀ ਨਵੀਂ ਕਿਤਾਬ ਜਿਹੜੀ ਹੈ ਸਿੱਖਾਂ ਦੀ ਵਿਚਿੱਤਰ ਗਾਥਾ ਜਿਹੜੀ ਹੈ ਉਹ ਰਿਲੀਜ਼ ਕੀਤੀ ਗਈ ਹੈ। ਅਤੇ ਵਾਹਿਗੁਰੂ ਅੱਗੇ ਅਰਦਾਸ ਕਿ ਉਹ ਸਿੱਖ ਕੌਮ ਦੀ ਇਸੇ ਤਰ੍ਹਾਂ ਹੀ ਹੋਰ ਵੱਧ ਚੜ੍ਹ ਕੇ ਸੇਵਾ ਕਰਦੇ ਹਾਂ। ਸਿੰਘ ਸਾਹਿਬ ਜੀ, ਇੱਕ ਹੁਣ ਪ੍ਰਚਾਰ ਦੇ ਲਈ ਉਹ ਹਵਨ ਕਰਵਾ ਰਹੇ ਨੇ, ਕੀ ਸਿੱਖਾਂ ਦੇ? ਮੇਰੇ ਕੋਲ ਅਜੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਅਜੇ ਆਈ ਨਹੀਂ ਹੈ। ਬੀਜੇਪੀ ਦੀ ਇੱਕ ਸੰਸਦ ਹੈਗੀ ਹੈ ਮੀਨਾਕਸ਼ੀ ਲੇਖੀ, ਦਿੱਲੀ ਤੋਂ ਚੋਣ ਲੜ ਰਹੀ ਹੈ, ਉਹਨੂੰ ਮੋਠ ਮਸਜਿਦ ਮੋਠ ਦੇ ਕੁਝ ਜਿਹੜੇ ਉਸ ਇਲਾਕੇ 'ਚ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਕਿਰਪਾਨ ਪਵਾਈ ਹੈ। ਬਹੁਤ ਮੰਦਭਾਗੀ ਗੱਲ ਹੈ, ਪਰ ਸਾਡੇ ਕੋਲ ਧਿਆਨ 'ਚ ਅਜੇ ਮਾਮਲਾ ਆਇਆ ਨਹੀਂ। ਜਿਸ ਤਰ੍ਹਾਂ ਦੀ ਕਿਰਪਾਨ ਪਵਾਈ ਹੈ ਤਾਂ ਉਹ ਮੰਦਭਾਗੀ ਗੱਲ ਹੈ, ਜੇ ਆਉਂਦੀ ਹੈ ਤਾਂ ਉਹਦੇ 'ਤੇ ਵਜੂਦ ਜਿਹੜਾ ਪੜਤਾਲ ਕਰਾਈ ਜਾਏ। ਪਰ ਮੀਨਾਕਸ਼ੀ ਲੇਖੀ ਤਾਂ ਹਿੰਦੂ ਹੈ, ਜਿਨ੍ਹਾਂ ਨੇ ਪ੍ਰਬੰਧਕ ਜਿਹੜੇ ਨੇ ਉਹਨਾਂ ਦੇ ਤਹਿਤ ਪੜਤਾਲ ਕਰਵਾ ਕੇ ਅਤੇ ਵਿਚਾਰ ਕੀਤੀ ਜਾਏ। ਸਰ, ਕੱਲ੍ਹ ਇੱਕ ਸ਼ਿਕਾਇਤ ਆਈ ਸੀ, ਕੋਈ ਲੋਕ ਇਨਸਾਫ਼ ਪਾਰਟੀ ਦੇ ਜਿਹੜਾ ਕਪੂਰ ਸਾਹਿਬ ਤੋਂ ਉਮੀਦਵਾਰ ਆ, ਉਹਦੇ ਬਾਰੇ ਇੱਕ ਸ਼ਿਕਾਇਤ ਪੱਤਰ ਆਇਆ ਸੀ ਕਿ ਉਹਨੇ ਕੇਜਰੀਵਾਲ ਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਰਾਬਰ ਦਾ ਦਰਜਾ ਦਿੱਤਾ। ਮੈਂ ਅਜੇ ਸ਼ਿਕਾਇਤ ਨਹੀਂ ਪੜ੍ਹੀ ਹੈ, ਲੇਕਿਨ ਕਿਸੇ ਵੀ ਵਿਅਕਤੀ ਦੀ ਗੁਰੂ ਸਾਹਿਬ ਤੁਲਨਾ ਜਿਹੜੀ ਆ ਉਹ ਨਹੀਂ ਕੀਤੀ ਜਾ ਸਕਦੀ। ਸਿੰਘ ਸਾਹਿਬ ਜੀ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਪੁਰਾਤਨ ਮਰਿਆਦਾ ਹੈ ਕਿ ਜਦੋਂ ਅੰਦਰੋਂ ਸਮਾਪਤੀ ਕਰਕੇ ਫਰਾਂਸ ਸੇਵਾ ਦੀ ਸਮਾਪਤੀ ਕਰਕੇ ਅਰਦਾਸ ਕਰਕੇ ਬਾਹਰ ਆ ਜਾਂਦੇ ਨੇ, ਉਸ ਤੋਂ ਬਾਅਦ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ। ਅਰਦਾਸੀ ਹੈ ਬਲਵੀਰ ਸਿੰਘ ਜੀ, ਜਿਹੜੇ ਸਾਬਕਾ ਅਰਦਾਸੀ ਨੇ, ਉਹਨਾਂ ਨੇ ਇੱਕ ਪ੍ਰੈਸ ਨੋਟਿਸ ਜਾਰੀ ਕੀਤਾ ਕਿ 10 ਤਰੀਕ ਨੂੰ 10 ਦੇ ਕਰੀਬ ਸ਼੍ਰੋਮਣੀ ਕਮੇਟੀ ਦੇ ਅਧਿਕਾਰੀ ਅਤੇ ਸੇਵਾਦਾਰ ਜਿਹੜੇ ਨੇ ਉਹ ਅੰਦਰ ਗਏ ਨੇ, ਉਸ ਟਾਈਮ ਦੇ ਉੱਤੇ ਮਰਿਆਦਾ ਭੰਗ ਕੀਤੀ। ਮੇਰੇ ਧਿਆਨ 'ਚ ਨਹੀਂ ਮਾਮਲਾ, ਜੇ ਕੋਈ ਹੈਗਾ ਤਾਂ ਹੈਡਗਨ ਦੀ ਸਾਹਿਬ ਨਾਲ ਵਿਚਾਰ ਕੀਤੀ ਜਾਊਗੀ। ਸਿੰਘ ਸਾਹਿਬ, ਇਲੈਕਸ਼ਨ ਆ ਗਈਆਂ, ਇਹਦੇ ਵਿੱਚ ਧਰਮ ਦੀ ਖੁੱਲ੍ਹ ਕੇ ਵਰਤੋਂ ਹੋਏਗੀ, ਤੁਸੀਂ ਇਹਦੇ ਬਾਰੇ ਕੀ ਮੈਸੇਜ ਦੇਣਾ ਚਾਹੁੰਦੇ? ਧਰਮ ਦੀ ਦੁਰਵਰਤੋਂ ਜਿਹੜੀ ਹੈ ਉਹਨੂੰ ਆਪਣੇ ਗਲਤ ਹਿੱਤਾਂ ਦੀ ਖਾਤਰ ਜਿਹੜੀ ਉਹ ਨਹੀਂ ਕਰਨੀ ਚਾਹੀਦੀ। ਧਰਮ ਦਾ ਇਸਤੇਮਾਲ ਜਿਹੜਾ ਹੈ ਉਹ ਅਧਿਆਤਮਕ ਉੱਨਤੀ ਵਾਸਤੇ ਹੋਣਾ ਚਾਹੀਦਾ। ਰਾਜਨੀਤਿਕ ਕਾਰਨ ਰਾਜਨੀਤਿਕ ਕਾਰਨਾਂ ਵਾਸਤੇ ਧਰਮ ਦਾ ਇਸਤੇਮਾਲ ਕਰਨਾ ਜਿਹੜਾ ਇੰਨਾ ਵਾਜਬ ਨਹੀਂ ਹੈ, ਠੀਕ ਹੈ। ਧਰਮ ਦੀ ਰਾਜਨੀਤੀ ਜਿਹੜੀ ਹੈ, ਧਾਰਮਿਕ ਰਾਜਨੀਤੀ ਜਿਹੜੀ ਹੈ, ਧਰਮ ਅਧਾਰਤ ਰਾਜਨੀਤੀ ਭਾਵ ਸੱਚੀ ਸੁੱਚੀ ਰਾਜਨੀਤੀ ਹੋਣੀ ਚਾਹੀਦੀ ਹੈ। ਸਿੰਘ ਸਾਹਿਬ, ਜਿਹੜੀਆਂ ਬੇਅਦਬੀਆਂ ਹੋ ਰਹੀਆਂ ਜੀ, ਹਜੇ ਉਹ ਠੱਲ ਨਹੀਂ ਪੈ ਰਹੀ ਥਾਂ ਥਾਂ ਦੇ ਉੱਤੇ? ਇਹ ਬੜੀ ਮੰਦਭਾਗੀ ਗੱਲ ਹੈ ਕਿ ਅਜੇ ਵੀ ਬੇਅਦਬੀਆਂ ਨੂੰ ਠੱਲ ਜਿਹੜੀ ਆ ਉਹ ਬਿਲਕੁਲ ਨਹੀਂ ਪੈ ਰਹੀ ਹੈ। ਇਹਦੇ ਪਿੱਛੇ ਕੌਣ ਤੱਤ ਹੈ, ਕੀ ਕਾਰਨ ਹੈ, ਕਿਉਂ ਨਹੀਂ ਇਹਨਾਂ ਨੂੰ ਸਰਕਾਰਾਂ ਜਿਹੜੀਆਂ ਉਹ ਕਾਬੂ ਕਰ ਸਕੀਆਂ, ਕਰ ਰਹੀਆਂ, ਇਹਦੀ ਕੋਈ ਸਮਝ ਨਹੀਂ ਆ ਰਹੀ ਹੈ। ਇਹ ਬਹੁਤ ਹੀ ਸਿੱਖ ਕੌਮ ਵਾਸਤੇ ਚਿੰਤਾ ਦਾ ਵਿਸ਼ਾ, ਜਿਹੜੀਆਂ ਲਗਾਤਾਰ ਜਿਹੜੀਆਂ ਬੇਅਦਬੀਆਂ ਜਿਹੜੀਆਂ ਨੇ ਹੁਣ ਤੱਕ ਹੋ ਰਹੀਆਂ ਨੇ, ਕਿਤੇ ਗੁਰਕਾ ਸਾਹਿਬ ਦੀ ਹੋ ਰਹੀ ਹੈ, ਕਿਤੇ ਗੁਰੂ ਗ੍ਰੰਥ ਸਾਹਿਬ ਦੀ ਹੋ ਰਹੀ ਹੈ, ਕਿਤੇ ਪੋਥੀਆਂ ਦੀ ਹੋ ਰਹੀ ਹੈ। ਸਰਕਾਰ ਕਮਿਸ਼ਨ ਬਣਾ ਕੇ ਜਾਂ ਸਿੱਟ ਬਿਠਾ ਕੇ, ਕੀ ਤੁਸੀਂ ਜਾਣਦੇ ਹੋ ਕਿ ਜਰਮਨੀ ਵਿੱਚ ਬੈਚਲਰਸ ਜਾਂ ਮਾਸਟਰਸ ਡਿਗਰੀ ਕਰਨ ਤੋਂ ਬਾਅਦ ਤੁਸੀਂ 18 ਮਹੀਨੇ ਦਾ ਪੋਸਟ ਗ੍ਰੈਜੂਏਟ ਵਰਕ ਵੀਜ਼ਾ ਹਾਸਲ ਕਰ ਸਕਦੇ ਹੋ ਔਰ ਫਰਦਰ ਉੱਥੇ ਰੈਜ਼ੀਡੈਂਟ ਵੀ ਬਣ ਸਕਦੇ ਹੋ? ਸੋ ਅੱਜ ਹੀ ਜਰਮਨ ਐਜੂਕੇਸ਼ਨ ਲਈ ਅਪਲਾਈ ਕਰਨ ਲਈ ਕੰਟੈਕਟ ਕਰੋ ਪਿਰਾਮਿਡ ਸਰਵਿਸਿਜ਼ ਨੂੰ 9563 9563 'ਤੇ।